ਸਾਰਾ ਬਾਹਰ ਕੱਢਿਆ ਪਿਆ ਉਹ ਡਰਾਮਾ ਡਰੂਮਾ ਕੁਛ ਨਹੀਂ ਵੱਡੀ ਬੇਬੇ ਉਹ ਤਾਂ ਤੂੰ ਕਹੀ ਜਾਂਦੀ ਸੀ ਨਾ ਪੁਰਾਣਾ ਜ਼ਮਾਨਾ ਵਧੀਆ ਪੁਰਾਣਾ ਜ਼ਮਾਨਾ ਵਧੀਆ ਆਪਾਂ ਨਾ ਬਸ ਆ ਥੋੜੀ ਦੇਰ ਲਈ ਜਾਲੀ ਜਿਹਾ ਨਾ ਪੁਰਾਣਾ ਜ਼ਮਾਨਾ ਕ੍ਰੀਏਟ ਕੀਤਾ ਉਹ ਦੇਖ ਆਪਾਂ ਪੇਟੀ ਰੱਖ ਲਈ ਆ ਪਿੱਤਲ ਦੀ ਪਰਾਤ ਲਿਆਂਦੀ ਆ ਆਪਾਂ ਚੁੱਲ੍ਹਾ ਰੱਖ ਲਿਆ ਲਿਆ ਕੇ ਇੱਥੇ ਆ ਤਾਂ ਤੈਂ ਚੰਗਾ ਕੀਤਾ ਸਵੇਰ ਦੀ ਤੂੰ ਢਿੱਲੀ ਜੀ ਲੱਗਦੀ ਸੀ ਕੀ ਗੱਲ ਹੋ ਗਈ ਢਿੱਲੀ ਕਾਹਨੂੰ ਸੀ ਬੇਬੇ मैं तो ना बस सवेर की टेंशन जे सीगी वह मेरे चाचे का मुंडा नहीं चीता आ 15 दिन पहला उदा व्याह होया सीगा कल उदा तलाक भी हो गया आ तो भाई माड़ा काम हो गया ब्याह तो पिछे हुंदा साढ़े चले जा पहला हो जाता है होर बेबे अजकल तो आही से आपे ने ब्याह होने औखे आ ते तलाक सौखे ने साढ़े टाइम तो ब्याह सौखे होंदे सी साढ़े चले जा नहीं सी हुंदा उदो मुंडे कुड़ी ने एक दूजे नूं देखिया भी नहीं हुंदा सीगा तां वी रिश्ते इन्ने निभ जांदे सी हुण तां रोके तो बाद आह 24-24 घंटे गल्लां मारदे रहिंदे ने फर्क तां आपां ही पैणा ने हुण तां मुंडे कुड़ियां दा आवा ही ऊत है आवा तां ऊत होणा ही आ बेबे आ सारा चक्कर तां दिखावे दा ही आ आ दिखावे ने तां लोकां नूं फिकरां च पाया पिया वाह भाई वाह नजर ना लवा लियो किते जिंदगी बड़ी सिंपल सी किसी नूं कोई भोरा फिकर पाका नहीं सी हुंदा ते अजकल तां सारयां नूं फिकरां ने मारिया पिया बिल्कुल सही कहने हो पापा जी पर फिकर साडे वर्गे मुंडिया नूं ही आ होर किनूं होणी आ अजकल तां कंपीटीशन दा जमाना ते साडे वर्गे स्टूडेंट कंपीटीशन दी आड़ ते दिन रात भिजदे आ पढ़ाई च पहला असी स्कूलों पूरा दिन पढ़ के आउने आ फिर ट्यूशन ते जाने आ ते उदू बाद घर आके टेस्टां दी तैयारी करदे आ साडे कोल तां एक मिंट दा वेल नहीं ते फिर सानू फिकर नहीं होना तां होर किनूं होना ओ चुप कर ढगिया रहे अच्छा ओ तुहानूं कदा फिकर हुंदा फिकर तां असली हुंदा लेडीज़ नूं जिन्हें सारे घर नूं मैनेज करना हुंदा आ पहला रोटी टुक करो फिर सफाइयां करो फिर कपड़े धोवो फिर बच्चियां नूं भी सांभो दसो सारा दिन एक मिंट भी वेल नहीं लगता सवेरे 5 बजे तो लैके रात नूं 11 बजे तक ड्यूटी हुंदी आ ते उपरों कोई छुट्टी भी नहीं ते जे किते छुट्टी होवे तां छुट्टी नूं दुगना कम इहनूं कहिंदे असली फिकर लै आ गई वड्डी फिकर वाली ओ थोनूं लेडीज़ नूं कादा फिकर है थोनूं तां इही चिंता हुंदी आ ना भी की धरना पर उहदे वास्ते पैसे कित्थों आउणे आ कित्थों लिआउणी आ इह तां जेंट्स नहीं सोचणा हुंदा असली फिकर करदे ने जेंट्स आ साडे वर्गा बंदा तां उहीं पिसदा इहनूं कहिंदे असली फिकर तां ਤੇ ਉਹ ਜਵਣੀਆਂ ਜੇ ਮਾਰੀ ਜਾਂਦੇ ਹੋ ਅਸਲੇ ਫਿਕਰ ਤਾਂ ਬੁੜਿਆਂ ਨੂੰ ਹੁੰਦਾ ਹੈ ਤੁਹਾਨੂੰ ਕਾਹਦਾ ਫਿਕਰ ਹੈ ਦਵਾਈ ਲੈਣੀ ਹੈ ਤੁਰ ਫਿਰ ਹੁੰਦਾ ਨਹੀਂ ਉਹ ਹੁੰਦਾ ਫਿਕਰ ਆ ਦੇਖ ਲਾ ਰਹੀ ਸਹੀ ਕਸਰ ਤਾਂ ਨਾ ਫਿਕਰ ਵਾਲੀ ਵੱਡੀ ਬੇਬੇ ਨੇ ਪੂਰੀ ਕਰਤੀ ਪਰ ਆਪਾਂ ਇਹ ਨਹੀਂ ਸੋਚਦੇ ਵੀ ਸਾਰਿਆਂ ਨੂੰ ਆਪਦੀ ਕਿਸਮ ਦਾ ਫਿਕਰ ਹੁੰਦਾ ਤੇ ਪਰ ਇਹ ਤਾਂ ਸੋਚੋ ਵੀ ਆਪਾਂ ਇਸ ਫਿਕਰ ਤੋਂ ਖਿਹੜਾ ਕਿਵੇਂ ਛਡਾ ਸਕਦੇ ਹਾਂ ਉਹ ਫਿਕਰਾਂ ਤੋਂ ਖਿਹੜਾ ਛਡਾਉਣਾ ਤਾਂ ਬਹੁਤ ਔਖਾ ਆ ਆ ਫਿਕਰ ਤਾਂ ਬੰਦੇ ਦੇ ਨਾਲ ਹੀ ਜਾਂਦੇ ਨੇ ਬੇਬੇ ਸਹੀ ਹੀ ਕਹਿੰਦੀ ਆ ਅਸਲੀ ਤਾਂ ਨਾ ਬੇਬੇ ਵਾਲਾ ਟਾਈਮ ਹੀ ਵਧੀਆ ਸੀ ਪੁਰਾਣੇ ਜ਼ਮਾਨੇ 'ਚ ਬੱਚੇ ਆਪਣੇ ਮਾਂ ਪਿਓ ਦੀ ਇੱਜ਼ਤ ਕਰਦੇ ਸੀ ਅਤੇ ਅੱਜ ਕੱਲ੍ਹ ਮਾਪਿਆਂ ਨੂੰ ਇੱਜ਼ਤ ਕਰਨੀ ਪੈ ਜਾਂਦੀ ਆ ਕਿਉਂਕਿ ਬੱਚੇ ਤਾਂ ਅੱਖਾਂ ਦਿਖਾਉਣ ਲੱਗ ਜਾਂਦੇ ਨੇ ਉਹ ਗੱਲ ਤਾਂ ਤੇਰੀ ਆ ਵੀ ਸਹੀ ਹੈ ਪਰ ਪਹਿਲੇ ਟਾਈਮ ਦੇ ਵਿੱਚ ਨਾ ਜੁਆਇੰਟ ਫੈਮਲੀਆਂ ਦਾ ਵੀ ਬੜਾ ਫਾਇਦਾ ਹੁੰਦਾ ਸੀ ਹੁਣ ਤਾਂ ਇਕੱਲੀ ਇਕੱਲੀ ਫੈਮਲੀ ਹੋ ਗਈ ਉਨੀਆਂ ਟੈਨਸ਼ਨਾਂ ਤਾਂ ਹੀ ਵਧੀਆਂ ਨੇ ਪਹਿਲਾਂ ਜਵਾਕ ਨਿਗਾਹਸਾਨੀ 'ਚ ਰਹਿੰਦੇ ਸੀ ਘੱਟ ਵਿਗੜਦੇ ਸੀ ਆ ਹੁਣ ਤਾਂ ਕਿਵੇਂ ਆ ਖੁੰਝੇ ਲੱਗ ਲੱਗ ਕੇ ਇਹਨਾਂ ਦਾ ਕੋਈ ਪਤਾ ਹੀ ਨਹੀਂ ਲੱਗਦਾ ਟੱਬਰਾਂ ਦੀ ਗੱਲ ਛੱਡੋ ਆਸ ਗਵਾਂਢ ਦਾ ਵੀ ਬੜਾ ਆਸਰਾ ਹੁੰਦਾ ਸੀ ਸਹੀ ਕਹਿੰਦੀ ਆ ਬੇਬੇ ਹੁਣ ਤਾਂ ਆਪਾਂ ਨੂੰ ਆਪਦੇ ਆਂਡੀਆਂ ਗਵਾਂਢੀਆਂ ਦਾ ਇੰਨੀ ਚੱਜ ਨਾਲ ਪਤਾ ਹੁੰਦਾ ਆ ਕੀ ਤੁਸੀਂ ਬੇਸਲੈਸ ਦੀਆਂ ਗੱਲਾਂ ਕਰੀ ਜਾਂਦੇ ਹੋ ਅੱਗੇ ਲੋਕੀ ਵਿਹਲੇ ਸੀ ਤੇ ਹੁਣ ਤਾਂ ਕੰਮਕਾਰ ਵਾਲੇ ਨੇ ਸਾਰਾ ਕੰਮ ਕਰਦੇ ਨੇ ਅੱਗੇ ਇੱਕ ਜਾਣਾ ਕਮਾਉਂਦਾ ਸੀ ਸਾਰਾ ਡੰਗਰ ਕਰਦਾ ਸੀ ਹੁਣ ਸਾਰੇ ਜੀ ਜੀ ਕਮਾਉਂਦੇ ਨੇ ਤਾਂ ਨਹੀਂ ਪੂਰਾ ਵੱਟਦਾ ਆ ਤਾਂ ਨਾ ਹੁਣ ਆਪਾਂ ਸਾਰੇ ਜਾਣੇ ਰਲ ਕੇ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਕਰਦੇ ਹਾਂ ਸਾਰੀ ਆਪਦੀ ਆਪਦੀ ਜਗ੍ਹਾ ਸਹੀ ਨੇ ਸਾਰਿਆਂ ਨੂੰ ਵੀ ਫਿਕਰ ਹੈ ਉਹ ਪਰ ਇਹ ਤਾਂ ਆਪਾਂ ਸੋਚੋ ਵੀ ਇਹ ਫਿਕਰਾਂ ਤੋਂ ਆਪਾਂ ਖਿਹੜਾ ਛੁਡਾ ਕਿਵੇਂ ਸਕਦੇ ਹਾਂ ਅੱਡਾ ਫਿਕਰ ਛੁਡਾਉਣ ਦਾ ਤਰੀਕਾ ਮੈਂ ਦੱਸ ਦਿੰਦੀ ਹਾਂ ਚੁੱਲ੍ਹੇ 'ਚ ਕਿੱਟੋ।
ਤੁਸੀਂ ਫਿਕਰ ਨਾ ਕਰੋ ਮੈਨੂੰ ਪਤਾ ਸੀ ਵੀ ਬੇਬੇ ਦੀ ਸੂਈ ਨਾ ਫੋਨ ਤੇ ਆ ਕੇ ਅਟਕੜੀਆਂ ਇਸੇ ਲਈ ਮੈਂ ਇਹਦੇ ਚ ਲੱਕੜਾ ਨਹੀਂ ਕੱਪੜਾ ਵਿਛਾਇਆ ਹੋਇਆ ਸੀ ਸ਼ੁਕਰ ਹੈ ਤੇਰਾ ਦਿਮਾਗ ਕੰਮ ਕਰ ਗਿਆ ਮੈਂ ਤਾਂ ਕਹਿ ਲੈ ਵੀ ਬੇਬੇ ਨੇ ਤਾਂ ਚੱਕ ਤੇ ਫੱਟੇ ਫੋਨ ਵਾਲੇ ਅਸਲੀ ਫਿਕਰ ਤਾਂ ਟੁੱਟ ਪੈਣਾ ਇਹੀ ਹੈ ਬੇਬੇ ਦੀ ਆਹ ਗੱਲ ਤਾਂ ਬਿਲਕੁਲ ਸਹੀ ਆ ਵੀ ਅੱਜ ਕੱਲ ਅਸਲੀ ਫਿਕਰ ਤਾਂ ਆਹੀ ਆ ਉਹ ਪਰ ਆਪਾਂ ਸਾਰਿਆਂ ਨੂੰ ਨਾ ਇਸ ਫਿਕਰ ਤੋਂ ਖਹਿੜਾ ਛਡਾਉਣਾ ਬਹੁਤ ਔਖਾ ਕਿਉਂਕਿ ਸਾਰੇ ਕੰਮ ਤਾਂ ਇਹਦੇ ਤੇ ਹੀ ਹੁੰਦੇ ਨੇ ਮੈਂ ਤਾਂ ਇਹ ਕਹੂੰਗਾ ਫਿਕਰਾਂ ਵਾਲਾ ਟੌਪਿਕ ਛੱਡ ਕੇ ਨਾ ਜ਼ਿੰਦਗੀ ਵੱਲ ਧਿਆਨ ਦਈਏ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਇਹਨੂੰ ਹੱਸ ਕੇ ਗੁਜ਼ਾਰੀਏ ਇਹ ਫਿਕਰਾਂ 'ਚ ਕੱਢ ਲਈ ਤਾਂ ਫਿਰ ਫਾਇਦਾ ਕੀ ਹੈ ਭੁੱਲ ਜਾਓ ਸਾਰੇ ਫਿਕਰ ਜੋ ਹੋਣਾ ਹੋ ਜਾਵੇ ਪਰ ਆਪਣੇ ਵੱਲੋਂ ਲਗਨ ਦੇ ਨਾਲ ਆਪਣੇ ਟੀਚੇ ਵੱਲ ਵੱਧਦੇ ਜਾਓ ਪਰ ਨਾਲ ਹੀ ਤੁਸੀਂ ਸਾਨੂੰ ਇਹ ਦੱਸ ਦਿਓ ਵੀ ਇਹ ਤੋਂ ਇਲਾਵਾ ਆਪਾਂ ਸਾਰਿਆਂ ਨੂੰ ਹੋਰ ਕਿਹੜੇ ਕਿਹੜੇ ਫਿਕਰ ਹੈ ਜਿਹੜੇ ਸਤਾਉਂਦੇ ਨੇ ਹੁਣ ਤੁਸੀਂ ਇਹ ਫਿਲਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ 'ਚ ਹਰ ਇੱਕ ਪੀੜ੍ਹੀ ਦੀ ਗੱਲ ਹੋਈ ਆ ਬੱਚਿਆਂ ਦੀ ਵੱਡਿਆਂ ਦੀ ਅਤੇ ਬਜ਼ੁਰਗਾਂ ਦੀ ਸ਼ੇਅਰ ਜ਼ਰੂਰ ਕਰ ਦਿਓ।